हेलो। हाँ जी, सत श्री अकाल जी सारिया। पिंड पंजाब दे चैनल ते थोड़ा स्वागत है। ते अज हैगा जी दशहरे दा त्यौहार। सारे व्यूअर्स नू हैप्पी दशहरा जी। दशहरे दियां बहुत बहुत बधाइयां। वाहिगुरू अगे अरदास कर रहे हैं भी परमात्मा तुहाडे घर विच खुशियां लैके आवे जी, तंदुरुस्ती लैके आवे ते तुसीं हमेशा चढ़दी कला विच रहो। लो जी, आपां दशहरे नू बणदा हुंदा आपणे घर प्रसाद। ते पहला चुल्हे ते बणदा हुंदा सी अगे तां, है ना। अगला चुल्हे में पोचा लाता जी, है ना, मिट्टी लाता सुचा चुल्हा करके। फिर खीर प्रसाद भरया जाता। हम सारा कुछ गैस पर हो गया। अभी अपने चुल्हे वाला सिस्टम आप बनावे। चुल्हे बना नहीं सकता है। इधर जो बना लाया इतने अगर बनाया गया इतने आप चुल्हा रखा। आप पहला कर लेने गैस में साफ। तो फिर आप बनावे जी खीर प्रसाद। चावल मेरे भ्यौते पे, ठीक है। समाज ने बहुत ज्यादा कबीड़ा कराता अज। पता नहीं कहने मेरे को चंगी इतिहास ने मंदी मज टप दी टोका कर रही है जी। डोके करके बस लत मार गई। उस डोके च लग जाता है जी करना। दुद्ध अपना गर्म होता रहेगा जी। प्रसाद बना दा बासमती के चौल ने उन्हों की किणकी हैगी। तो खीर इसे वधिया बनती होंगी है। मैंने खीर दे रही यही वधिया बन लगता है। तो देखो मेरा नक् पक गया क्योंकि जी परसों पानी नहीं पीता गया। जो मैं पानी घट पीवा ना बस एवं मेरे नक् पक जाता है ना, जख्म हो जाते हैं। तो देख लें फिर दवाई लैके आने गोली गोली खा लें माड़ा मोटा बुरा लगता गा। तो थोड़ा दर्द भी होंगे खुल के समाइल नहीं होंगी क्योंकि जो आप समाइल करा ना ये खुलता है तो वो दर्द करता। लो जी, इधर अपना घ्यो गर्म हो जूगा, ठीक है। आप आटा छान दें। मिस्त्री छुट्टी मार लगे रोड़ी वाले भी। मिस्त्रियों को की हो गया? दशहरा त्यौहार एक घंटा होंगे क्या? दस मिस्त्री कहने छुट्टी मारनी त्यौहार। थोड़ी जी फुलके भी बनावे, ठीक है। दही पे परौंठी बना लेंगे। सब्जी भी बनाई सी कल घीए की, कद्दू की सब्जी बनाई सी। तो शाम को असं उधर ही खाए आई सी रोटी।
प्रशाद आप बना लिया जी। बस खीर अपनी बन वाली है तो आटा मैं गुन के रख लिया। सब तो पहले आप मत्था टेक लें तो खीर प्रशाद दशहरे वाले दिन तकरीबन सारे घर बन गया।
ਬਸ ਹੁਣ ਕੁਛ ਭੈਣ ਭਾਈ ਕਹਿ ਦਿੰਦੇ ਨੇ ਵੀ ਹਿੰਦੂਆਂ ਦਾ ਤਿਉਹਾਰ ਆ, ਸਾਰੇ ਤਿਉਹਾਰ ਸਾਂਝੇ ਹੁੰਦੇ ਨੇ ਜੀ, ਹੈ ਨਾ। ਵੀ ਚਲੋ ਦੀਵਾਲੀ ਨੂੰ ਤਾਂ ਆਪਾਂ ਕਹਿੰਦੇ ਬੰਦੀ ਛੋੜ ਦਿਵਸ ਆ, ਬਸ ਦਸਵੀਂ ਕਰਕੇ ਮੱਥਾ ਟੇਕ ਲੈਂਦਾ ਅਗਲਾ, ਖੀਰ ਪ੍ਰਸ਼ਾਦ ਬਣਾ ਲੈਂਦਾ। ਜਿਵੇਂ ਸਾਡੇ ਨਾ ਉੱਥੇ ਪਿੰਡ ਸਾਡੇ ਬਾਬਾ ਜੀ ਨੇ ਕਿ ਸਮਾਧ ਲੱਗੀ ਹੋਈ ਇਹਨਾਂ ਦੀ, ਉਹਨਾਂ ਦੀ ਰੋਟੀ ਖਵਾਉਂਦੇ ਨੇ, ਮਤਲਬ ਤਰਸੇਮ ਨੂੰ ਖਵਾਉਂਦੇ ਹੋਣਗੇ। ਪਹਿਲਾਂ ਮੇਰੇ ਪਾਪਾ ਖਾਂਦੇ ਹੁੰਦੇ ਸੀ ਸਾਡੇ ਬਾਬਾ ਜੀ ਦੇ ਨਾਮ ਦੇ, ਉਹਨਾਂ ਦੇ ਆਪਦਾ ਕੋਈ ਬੱਚਾ ਨਹੀਂ ਸੀ। ਮੇਰੇ ਦਾਦਾ ਜੀ ਨੂੰ ਇਹਨਾਂ ਨੇ ਆਪਣਾ ਬੱਚਾ ਬਣਾ ਕੇ ਪਾਲਿਆ ਸੀ। ਮੇਰੇ ਦਾਦਾ ਜੀ ਦੇ ਨਾ ਛੋਟੀ ਉਮਰ ਦੇ ਵਿੱਚ ਹੋ ਗਿਆ ਸੀ, ਮਾਂ ਬਾਪ ਛੱਡ ਕੇ ਚਲੇ ਗਏ ਸੀ, ਫਿਰ ਉਹਨਾਂ ਦਾ ਕੋਈ ਬੱਚਾ ਨਹੀਂ, ਉਹਨਾਂ ਨੇ ਸਾਂਭਿਆ ਸੀ ਜੀ, ਉਹਨਾਂ ਨੇ ਪਾਲਿਆ। ਅੱਗੇ ਮੇਰੇ ਪਾਪਾ ਹੋਰਾਂ ਦਾ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਉਹ। ਮੈਂ ਸਾਡੇ ਉਹ ਵੱਡੇ ਬਾਬਾ ਜੀ ਤਾਂ ਨਹੀਂ ਦੇਖੇ ਜਿੰਨਾ ਹੀ ਸਮਾਧ ਆ, ਪਰ ਜਿਹੜੇ ਸਾਡੇ ਦਾਦੀ ਸੀ ਉਹਨਾਂ ਦੇ ਘਰ ਵਾਲੀ ਸੀ, ਉਹਨਾਂ ਨੂੰ ਮੇਰੇ ਸੁਰਤ ਹੈ ਜੀ, ਮੈਨੂੰ ਲੱਗਦਾ ਮੈਂ ਹੈਗੀ ਸੀ ਜਦੋਂ ਉਹਨਾਂ ਦੀ ਡੈਥ ਹੋਈ ਆ, 8 ਸਾਲ 7-8 ਸਾਲ ਦੀ ਮੇਰੀ ਏਜ ਹੈਗੀ ਸੀ ਜਦੋਂ ਉਹਨਾਂ ਦੀ ਡੈਥ ਹੋਈ। ਅਤੇ ਮੈਨੂੰ ਯਾਦ ਆ ਇੰਨਾ ਪਿਆਰ ਕਰਦੇ ਹੁੰਦੇ ਸੀ ਸਾਡਾ, ਬਹੁਤ ਜ਼ਿਆਦਾ। ਪ੍ਰਤਾਪ ਕੌਰ ਸੀ ਉਹਨਾਂ ਦਾ ਨਾਮ, ਅੰਮ੍ਰਿਤ ਨੂੰ ਕਹਿ ਦਿੰਦੇ ਅੰਬੂ ਪ੍ਰਤਾਪ, ਅੰਮ੍ਰਿਤ ਨੂੰ ਕਹਿ ਦਿੰਦੇ, ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਕਈ ਗੱਲਾਂ ਮੇਰੀਆਂ ਯਾਦ ਆਉਂਦੀਆਂ, ਸਾਡਾ ਪੁਰਾਣਾ ਘਰ ਹੁੰਦਾ ਸੀ ਉਦੋਂ। ਮੰਮੀ ਮੇਰੇ ਦਾਦੀ ਸਾਹਿਬ ਸਾਡੇ 92-93 ਦੇ ਵਿੱਚ ਸ਼ਾਇਦ ਮੇਰੀ ਦਾਦੀ ਦੀ ਡੈਥ ਹੋਈ ਸੀ, 92 ਦੇ ਵਿੱਚ, ਹਾਂ 92 ਕਦਾ ਹੋਊਗਾ, ਬਸ 92-93 ਦੇ ਵਿੱਚ ਇੰਨਾ ਕੁ ਮੇਰੀ ਯਾਦ ਹੈ। 1992-1993 ਵੀ ਹੋ ਸਕਦਾ ਜੀ, 91 ਵੀ ਹੋ ਸਕਦਾ, 93 ਨਹੀਂ ਹੈਗਾ ਸੀ, 91-92 ਦੇ ਵਿੱਚ ਡੈਥ ਹੋਈ ਸੀ। ਹੈਗੀ ਸੀ ਮੈਂ ਉਦੋਂ 8 ਸਾਲ ਦੀ, ਜਿੰਨੀ ਕੁ ਸੁਰਤ ਹੈ ਮੈਨੂੰ। ਅਤੇ ਆਪਾਂ ਬਾਹਰੋਂ ਥੋੜ੍ਹਾ ਜਿਹਾ ਉੱਥੋਂ ਝਾੜੂ ਲਾ ਕੇ ਨਾ ਸਾਫ ਦਾ ਥਾਂ ਕਰ ਲੈਂਦੇ ਜਿੱਥੇ ਆਪਾਂ ਮੱਥਾ ਟੇਕਣਾ। ਅਤੇ ਬਸ ਬਾਬਾ ਜੀ ਦੇ ਨਾਮ ਦਾ ਪਰਮਾਤਮਾ ਤੰਦਰੁਸਤੀ ਬਖਸ਼ਣ ਜੀ ਸਾਰਿਆਂ ਨੂੰ। ਬਸ ਬਹਾਨੇ ਦੇ ਨਾਲ ਪਤਾ ਕੀ, ਹੋਰ ਕੁਛ ਨਹੀਂ ਹੁੰਦਾ ਹੈਗਾ, ਆਪਾਂ ਖੀਰ ਪ੍ਰਸ਼ਾਦ ਕਰ ਲਿਆ ਅੱਜ ਆਪਾਂ ਨੂੰ ਸਪੈਸ਼ਲ ਲੱਗੂਗਾ। ਅਤੇ ਜਿਹੜੇ ਆਪਾਂ ਜਿਉਂ ਬੀਜੇ ਹੋਏ ਨੇ ਹੈ ਨਾ, ਉਹ ਜਿਉਂ ਆਪਾਂ ਰਿਪਨ ਦੇ ਟੰਗਾਂਗੇ, ਆਪਾਂ ਤੁਹਾਨੂੰ ਦਿਖਾਉਂਦੇ ਹਾਂਗੇ। ਅਤੇ ਖੀਰ ਪ੍ਰਸ਼ਾਦ ਦਾ ਮੱਥਾ ਟੇਕਿਆ ਜਾਊਗਾ। ਅਤੇ ਖੀਰ ਪ੍ਰਸ਼ਾਦ ਕੁੜੀਆਂ ਨੂੰ ਖਵਾਇਆ ਜਾਂਦਾ, ਕੁੜੀਆਂ ਕਿਹੜਾ ਖਾਂਦੀਆਂ ਨੇ, ਉਹ ਸਾਰਿਆਂ ਦੇ ਘਰਾਂ 'ਚ ਬਣਿਆ ਹੁੰਦਾ, ਬਸ ਮੰਮੀ ਇੰਨਾ ਕੁ, ਮੰਮੀ ਇੰਨਾ ਕੁ ਕਰੀ ਜਾਂਦੇ ਨੇ। ਅਤੇ ਇਹ ਖੀਰ ਪ੍ਰਸ਼ਾਦ ਖਵਾ ਕੇ ਆਲਾ ਰੋਟੀ ਕੁੜੀਆਂ ਨੂੰ ਪੈਸੇ ਦੇ ਦਿੰਦਾ, ਅੱਧੇ ਦੀਵਾਲੀ ਵਾਲੇ ਦਿਨ ਖਵਾਉਂਦੇ ਨੇ ਕੰਜਕਾਂ। ਕਈ ਜਿਹੜੇ ਕੰਮ ਕਰਦੇ ਨੇ ਨਵਰਾਤੇ ਰੱਖਦੇ ਨੇ ਜੀ, ਉਹ 8 ਨੂੰ ਰੋਟੀ ਖਵਾਉਂਦੇ ਨੇ ਕੁੜੀਆਂ ਨੂੰ, ਪਰ ਆਪਣੇ ਦੁਸਹਿਰੇ ਵਾਲੇ ਦਿਨ ਖਵਾ ਦਿੰਦੇ ਨੇ ਹੈ ਨਾ, ਕਿਉਂਕਿ ਅਸੀਂ ਨਰਾਤੇ ਨਹੀਂ ਪੂਜਦੇ ਜਿਹੜੇ ਵਰਤ ਰੱਖਦੇ ਨੇ। ਵੈਸੇ ਜ਼ਿਆਦਾ ਹਿੰਦੂ ਰੱਖਦੇ ਨੇ ਵਰਤ, ਸਿੱਖ ਧਰਮ ਵਿੱਚ ਵੀ ਹੋ ਸਕਦਾ ਜੀ ਕਈ ਨਰਾਤੇ ਰੱਖਦੇ ਹੋਣ। ਮਨਵੀਰ ਨੂੰ ਵੀ ਮੈਂ ਕਿਹਾ ਸੀ, ਮੈਂ ਖੀਰ ਪ੍ਰਸ਼ਾਦ ਬਣਾਈ ਉੱਥੇ ਦੁਸਹਿਰੇ ਵਾਲੇ ਦਿਨ, ਉਹਨਾਂ ਦੀ ਹੁਣ ਰਾਤ ਹੈ, ਕੱਲ੍ਹ ਨੂੰ ਦੁਸਹਿਰਾ ਹੋਊਗਾ ਉਹਨਾਂ ਦੇ, ਇੱਕ ਵਾਰੀ ਮੈਂ ਜ਼ਰੂਰ ਕਰਾਊਂਗੀ। ਮੇਰਾ ਮੰਨਣਾ ਇਹ ਹੈ ਜਿਵੇਂ ਤੁਸੀਂ ਕਿਤੇ ਵੀ ਰਹਿੰਦੇ ਹੋ ਹੈ ਨਾ, ਕਿੰਨੀ ਵੀ ਤਰੱਕੀ ਕਰ ਲਈ, ਤੁਸੀਂ ਆਪਣੀਆਂ ਜੜ੍ਹਾਂ ਨਾਲੋਂ ਨਾ ਟੁੱਟਿਓ ਕਦੇ ਵੀ, ਵੀ ਤੁਸੀਂ ਕਦੇ ਵੀ ਨਾ ਆਪਣੀਆਂ ਜੜ੍ਹਾਂ ਨਾਲੋਂ ਨਾ ਟੁੱਟੋ। ਜਿਹੜਾ ਬੰਦਾ ਆਪਣੀ ਜੜ੍ਹਾਂ ਨਾਲੋਂ ਟੁੱਟ ਜਾਂਦਾ ਕਿਸੇ ਪਾਸੇ ਦਾ ਹੋ ਜਾਂਦਾ। ਡੈਡੀ ਜੀ ਆ ਗਏ, ਸਾਰਿਆਂ ਦੇ ਘਰਾਂ ਵਿੱਚ ਅੱਜ ਇਹੀ ਬਣਿਆ, ਥੋੜੀ ਕਹਿੰਦੇ ਥੋੜਾ ਥੋੜਾ ਪਾਇਓ, ਮੈਨੂੰ ਲੱਗਦਾ ਅੱਜ ਆਪਣੇ ਲੰਗਰ ਚ ਵੀ ਖੀਰ ਪ੍ਰਸ਼ਾਦ ਹੀ ਹੋਊਗਾ। ਦੋ ਹੀ ਨੇ, ਬਾਹਰ ਲੈ ਗਏ ਉਹ।
ਵੀ ਇੱਥੇ ਸੌਂ ਆਈ ਗਿਆ ਤੂੰ ਇੱਥੇ ਬਹਿ ਜਾ ਬਾਹਰ ਧੁੱਪੇ ਬੈਠਣਗੇ ਮੈਨੂੰ ਐਂ ਲੱਗਦਾ ਜਾ ਕੇ ਮਾਂ ਕਰੀ ਕਿ ਰੋਟੀ ਖਾ ਲਓ ਬਾਹਰ ਟਾਈਮ ਆਪਣੇ ਕੋਲ ਹੈ ਨਹੀਂ ਗਾ ਗੁਰਲੀਨ ਵੀਰੇ ਦੇ ਜਿਉਂ ਟੰਗਦੇ ਇੱਧਰ ਆਪਣੇ ਬੱਠਾਂ ਦੇ ਵਿੱਚ ਜਿਉਂ ਬੀਜੇ ਹੋਏ ਨੇ ਬਸ ਆ ਰਿਪਾਂ ਦੇ ਆਪਾਂ ਟੰਗ ਜੇ ਬਾਕੀ ਜਿਉਂ ਨੇ ਆਪਾਂ ਜਿਹੜੇ ਤੇਰੇ ਆਵਾਂਗੇ ਠੀਕ ਹੈ ਇਹ ਗੁਰਲੀਨ ਟੰਗੋ ਤੇ ਮਨਵੀਰ ਨੂੰ ਵੀਡੀਓ ਕਾਲ ਲਾਈ ਹੋਈ ਹੈਗੀ ਦੇਖਣਾ तेरे पैसे हम हाँ सांभ के रखांगे तेरे पैसे ते कल खीर बना दे तो के ना नहीं ओहो ये कह रही जा उली मी आज जाके चलो ठीक है जी अपन ठहर के गल बात कर दो हो देना ठीक है लो जी आप उधरों लो जी जो टाइम है 3 बज गए ने असी काम धंधा करके मैं उधर चली गई सी उधरों जाए आया जो थोड़ा मोटा काम से कर आया उंज तो रोटी वोटी वाली तो लाइया हुई ने है ना फिर भी कोई प्लैनिंग किधर जाना की करना क्योंकि कल पूरा बड़ा कट रखे सारे पिंड के भी कट्ठे हूँ असी रैली कर रैली की कहे घर से जावे जिन्हें भी होने बंदे बुढ़िया सारे कट्ठे होके जाएंगे तो इस करके हूँ कोई प्लैनिंग करनी होंगी जो 2-4 घर कहना जिन्हें भी सवेरे है ना जल्दी साझरे काम करो तो हूँ असं जाके आने तो मैं थोड़ा जि टाइम ही आई सी घर मैं तो चलो क्या मैं अपने ब्लॉग की एडिटिंग कर जानी हाँ तो एक सूट की सूटा की वीडियो बनाई है सलवार यही है आही सलवार फिक्की वाली है हाँ बस कोई ना जी फिक्की सलवार वाली दुपट्टा ये सब चुन्नी फिक्की सलवार वाली है बस ठीक है बन जी हाँ हाँ भी सेम कर दे भी रंगा का फर्क नहीं पाना चाहिए ब्लॉग का एंड भी इतने कर दिया हूँ थोड़ा जहा ठीक है मैं जाया उ गलबात कर आई सवेरे थोड़ा जहा मेरा मनवीर को लेके ना इमोशनल हो गई से मैं हुंदा है ना त्यौहार वाले दिन जो अपना धी पुत कोल ना हो जाता है तो बाकी सारा कुछ ठीक है बस सब उठाला काम सुख सान ना निबड़ जे फिर आप ब्लॉग दें थानू वधिया वधिया होर कोई गलबात मेरे याद नहीं हैगी ना तो तुम जी कोई गलबात करते हूँ हाँ एक गल होर याद आई है भी अगर थोड़ी पेमेंट आई है जी अज प्रिंटड सूटों की वीडियो पाई हैगी तो मैं कोशिश करूँगी शाम को मैं रिप्लाई करदा कि उधरों टाइम से आके जो लेट हो गया है ना तो की कहना गा तो जे प्रिंटड सूटों की वीडियो पाई अगर थोड़ी पेमेंट भी साढ़े को आ गई है तुम घबराए ना ठीक है हूँ जी तो मैं कोशिश करूँगी मैं शाम को रिप्लाई करूँगी जे मैं शाम को रिप्लाई नहीं हो जी कल मैं पूरा दिन उधर होवूंगी ठीक है क्योंकि आथण हो जू सू घर आद्या फिर मैं कल आथण में रिप्लाई करूँगी जे अज आथण तक ना हो फिर मैं कल आथण करूँगी रिप्लाई फ्री होकर इस करके थोड़ा जहाँ तुम वेट कर लियो प्लीज़ एवं ना कहो भी है ना भी मैसेज रिप्लाई नहीं करे जब हमारी पेमेंट नहीं देखी कोई गल नहीं घबराओ ना बाकी पार्सल अज जिन्हें के निकले ने असं कढ़ दिते ने बस सब वोटा करके उलझे हुए हैं जी साड़ी भी मजबूरी है सानू उन्हां दे नाल खड़ना पऊगा है ना साडे आपदे भैन भाई ने नाले आपदे भैन भरा दे सिर ते उड्डिया फिरदा हुंदा तो बाकी सारा कुछ ठीक है जी आप अजे ब्लॉग का भी अंडे करते हैं उम्मीद करते हैं जी थोड़ा भी दशहरे का त्यौहार वधिया रहा होना तो आप मिस करते हैं ना जो त्यौहार आता अपने तो जोड़े अपने तो दूर बैठे ने वो याद आते हैं तो बाकी ठीक है सारा कुछ चलो ठीक है जी आप जड़े ब्लॉग का अंडे करते हैं तद तक के लिए सत श्री अकाल बाय।